ਪੰਜਾਬ ਅੰਦਰ ਵੱਧ ਰਹੀਆਂ ਗੈਂਗਵਾਰਾਂ ਤੇ ਵਿੱਕੀ ਗੌਂਡਰ ਵਰਗੇ ਖੂੰਖਾਰ ਗੈਂਗਸਟਰਾਂ ਦੀ ਭਾਲ ਕਰਨ ਲਈ ਸੂਬੇ ਦੀ ਮੋਹਾਲੀ ਪੁਲਿਸ ਨੇ ਇੱਕ ਉਪਰਾਲਾ ਕੀਤਾ ਹੈ। ਮੋਹਾਲੀ ਵਿੱਚ ਕਿਰਾਏ ਉੱਤੇ ਮਿਲਣ ਵਾਲੇ ਘਰਾਂ ਦੀ ਗਿਣਤੀ ਜ਼ਿਆਦਾ ਹੋਣ ਖਾਤਰ ਪੁਲਿਸ ਨੇ ਇਹਨਾਂ ਖੂੰਖਾਰ ਗੈਂਗਸਟਰਾਂ ਦੀ ਪਹਿਚਾਣ ਵਾਲੀ ਇੱਕ ਫੋਟੋ ਐਲਬਮ ਛਪਾਈ ਹੈ ਜੋ ਕਿ ਮੋਹਾਲੀ ਦੇ ਹਰ ਘਰ ਤੱਕ ਪਹੁੰਚਾਈ ਜਾਵੇਗੀ। ਪੁਲਿਸ ਅਧਿਕਾਰੀ ਕੁਲਦੀਪ ਚਹਿਲ ਮੁਤਾਬਕ ਮੋਹਾਲੀ ਅਜਿਹਾ ਸ਼ਹਿਰ ਹੈ ਜਿੱਥੇ ਗੈਂਗਸਟਰ ਜ਼ਿਆਦਾਤਰ ਘਰ ਕਿਰਾਏ ਤੇ ਲੈਂਦੇ ਨੇ। ਪੁਲਿਸ ਵੱਲੋਂ ਜਾਰੀ ਕੀਤੀ ਇਸ ਫੋਟੋ ਐਲਬਮ ਵਿੱਚ ਗੈਂਗਸਟਰ ਵਿੱਕੀ ਗੌਂਡਰ, ਗੈਂਗਸਟਰ ਜੈਪਾਲ, ਤੀਰਥ ਢਿਲਵਾਂ, ਹਰਜਿੰਦਰ, ਆਕਾਸ਼, ਦਿਲਪ੍ਰੀਤ ਸਿੰਘ, ਭੂਪੀ ਰਾਣਾ, ਹਰਿੰਦਰ ਰਿੰਦਾ, ਰਵਿੰਦਰ ਕਾਲੀ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਛਾਪੀਆਂ ਗਈਆਂ ਨੇ। ਦੱਸਣਯੋਗ ਹੈ ਕਿ ਇਸ ਫੋਟੋ ਐਲਬਮ ਤੋਂ ਇਲਾਵਾ ਪੁਲਿਸ ਨੇ ਲੋੜੀਂਦੇ ਗੈਂਗਸਟਰਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਥਾਂ ਥਾਂ ਉੱਤੇ ਲਗਾ ਦਿੱਤੇ ਨੇ ਤੇ ਲੋਕਾਂ ਨੂੰ ਇਹਨਾਂ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਹੈ। इस मोहाली में स्पेशली यहाँ पे जो फ्लैट वगैरह काफ़ी हैं और उनमें जो प्रॉपर कई बार चेकिंग नहीं हो पाती और जो ये क्रिमिनल है, हार्डकोर क्रिमिनल है, यहाँ पे आके कोई किराए पे फ्लैट वगैरह ले लेते हैं। इसको मद्देनज़र रखते हुए हमने मतलब बड़ी एक अभियान हमने चलाया है जिसमें जो क्रिमिनल है, जो हार्डकोर क्रिमिनल है, उनकी हमने एक बुकलेट छुपा के पूरे गाँव में या सोसाइटी के आगे और जितने भी मतलब क्लब हैं वहाँ पर और इंडिविजुअल पुलिसमैन को हमने ये सारे दिए हुए हैं और इनके पोस्टर वगैरह बना के हमें वहाँ पे लगाए हुए हैं। और जब भी कोई किराए वगैरह पे कोई अपना घर देता है तो खास करके उनको पता हो कि भाई वो जो लोग आसपास जो उनके आसपास ना रहते हो और जो जिसको वो घर किराए पे देने जा रहे हैं उनको पता होना चाहिए कि वो किस तरह के लोग हैं।